ਇੱਕ ਦੋਨੇ ਸੀਜ਼ਨ ਦੇ ਬੈਸਟ ਨਿਕਲਣ ਜਾ ਰਹੇ ਆ। ਹਾਂਜੀ ਸਤਿ ਸ੍ਰੀ ਅਕਾਲ ਜੀ, ਆਪਾਂ ਤੁਹਾਡੇ ਲਈ ਹੁਣ ਫਾਈਨਲ ਮੈਚ ਦੇ ਟੌਪ ਰੇਡਾਂ ਤੇ ਟੌਪ ਜੱਫੇ ਲੈ ਕੇ ਆਇਆ ਕਰਾਂਗੇ। ਜਿਹੜੇ ਪੂਰਾ ਫਾਈਨਲ ਮੈਚ ਨਹੀਂ ਦੇਖ ਪਾਉਂਦੇ ਉਹਨਾਂ ਨੂੰ ਪੂਰਾ ਫਾਈਨਲ ਮੈਚ ਵਰਗਾ ਨਜ਼ਾਰਾ ਪੇਸ਼ ਕਰਿਆ ਕਰਾਂਗੇ। ਉਹਨਾਂ ਦੇ ਟੌਪ ਰੇਡਾਂ ਦੇ ਜੱਫੇ ਲੈ ਕੇ ਆਇਆ ਕਰਾਂਗੇ ਤੇ ਉਹਨੂੰ ਤੁਸੀਂ ਸ਼ੇਅਰ ਕਰਦਿਆ ਕਰੋ, ਵੱਧ ਤੋਂ ਵੱਧ ਹੋ ਸਕਦਾ ਲਾਈਕ ਕਰਦਿਆ ਕਰੋ। ਜਿਵੇਂ ਹੁਣ ਬਾਹਰ ਆਸਟ੍ਰੇਲੀਆ ਚੱਲ ਰਹੇ ਆ ਉੱਥੋਂ ਦੇ ਲੈ ਕੇ ਆਵਾਂਗੇ, ਜੇ ਕੋਈ ਪੰਜਾਬ ਦਾ ਵੀ ਟੌਪ ਮੈਚ ਹੋਊਗਾ ਤਾਂ ਉਹ ਵੀ ਲੈ ਕੇ ਆਇਆ ਕਰਾਂਗੇ। ਚਲੋ ਫਿਰ ਆ ਜਾਓ ਦੇਖੋ ਹੁਣ ਮੈਚ ਫਿਰ ਲਓ ਨਜ਼ਾਰਾ। ਧੰਨਵਾਦ ਜੀ। ਕਹਿੰਦੇ ਖੀਰਾ ਬਾਲ ਦੀ ਧਰਤੀ ਦਾ ਬਾਬੇ ਤਰਸੇਮ ਸਿੰਘ ਪੰਡਾਲ ਦਾ ਪੋਤਾ ਮੇਰੇ ਵੀਰੋ, ਅੱਜ ਦੇ ਫਾਈਨਲ ਮੈਚ ਦੀ ਪਹਿਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਚ ਵੱਧ ਗਿਆ ਔਰ ਸਾਹਮਣੇ ਸ਼ਾਹਪੁਰ ਦੀ ਧਰਤੀ ਦਾ ਰਾਜੂ ਮੇਰੇ ਵੀਰੋ ਇਸ ਵੇਲੇ ਕੋਸ਼ਿਸ਼ ਕਰਦਾ ਹੋਇਆ ਔਰ ਪਹਿਲਾ ਨੰਬਰ ਅੱਜ ਦੇ ਫਾਈਨਲ ਮੈਚ ਦਾ ਬੁਲਟ ਖੀਰਾ ਬਾਲ ਦੇ ਹਿੱਸੇ ਜੁੜਦਾ ਹੋਇਆ ਔਰ ਅਗਲੀ ਕਬੱਡੀ ਰਵੀ ਕੈਲਰਮ ਹਰਿਆਣੇ ਵਾਲਾ ਪਾਉਂਦਾ ਸੰਧੂਆ ਸਾਹਮਣੇ। ਰਵੀ ਕੈਲਰਮ ਹਰਿਆਣੇ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਜਲਾਲਪੁਰੀਆ ਬਾਲਾ ਹੋ ਪਚਕਾਰ ਲੱਗਿਆ ਹੋਇਆ। ਇੱਕ ਪਾਸੇ ਜਾਦਾ ਸਰਪੰਚ ਹੈ ਤੇ ਨਾਲ ਕਹਿੰਦੇ ਸੋਨੀ ਹੈ ਤੇ ਨਾਲ ਕਹਿੰਦੇ ਆਤਮਾ ਡਾਲੇ ਵਾਲਾ ਡਬਲ, ਪਰਲੇ ਪਾਸੇ ਟੀਟੀਓ ਖੜਾ ਹੈ। ਪਹਿਲੇ ਸੈਮੀ ਫਾਈਨਲ ਚ 5 ਜੱਫੇ ਲਾ ਕੇ ਉਹ ਮੁੰਡੇ ਨੇ ਸੋਨੇ ਦੇ ਕੈਂਠੇ ਤੇ ਕਬਜ਼ਾ ਕੀਤਾ ਤੇ ਹੁਣ ਸੰਧੂਆ ਭਾਈ ਬਲਜਿੰਦਰ ਹੋਣਾ ਦਾ ਪਰ ਨੰਬਰ ਰੇਡਰ ਦੇ ਬੁਲਟ ਦੇ ਕਬਜ਼ੇ ਦੇ ਵਿੱਚੋਂ। ਜੇ ਕੋਈ ਜਾਫੀ ਬੁਲਟ ਨੂੰ 2 ਜੱਫੇ ਲਾ ਗਿਆ ਤਾਂ ਜਾਫੀ ਨੂੰ ਮੁੰਦੀ ਹੈ, ਨਹੀਂ ਫਿਰ ਬੁਲਟ ਨੂੰ ਸੋਨੇ ਦੀ ਮੁੰਦੀ ਕਲੱਬ ਵੱਲੋਂ ਦਿੱਤੀ ਜਾਣੀ ਹੈ। ਸਾਹਮਣੇ ਮੁਕਾਬਲਾ ਸਖਤ ਹੈ, ਇੱਕ ਪਾਸੇ ਸਰਪੰਚ ਹੈ ਉਹ ਦੂਜੇ ਪਾਸੇ ਕੈਲਰ ਵਾਲਾ, ਇੱਕ ਦੋਨੇ ਸੀਜ਼ਨ ਦੇ ਬੈਸਟ ਨਿਕਲਣ ਜਾ ਰਹੇ ਹੈ। ਉਹ ਜਾਦਾ ਉਹ ਰਵੀ ਉਹ ਜਾਦਾ ਉਹ ਰਵੀ ਉਹ ਜਾਦਾ ਉਹ ਰਵੀ ਉਹ ਜਾਦਾ ਉਹ ਕੈਲਰ ਵਾਲਾ ਮੇਰੇ ਵੀਰੋ ਦੋਨੇ ਸੰਧੂਆ। ਜੇ ਕੋਈ ਜਾਫੀ ਲਗਾਤਾਰ 2 ਜੱਫੇ ਲਾ ਗਿਆ ਤਾਂ ਜਾਫੀ ਨੂੰ ਸੋਨੇ ਦੀ ਮੁੰਦੀ ਕਲੱਬ ਵੱਲੋਂ, ਨਹੀਂ ਫਿਰ ਬੁਲਟ ਖੀਰਾ ਵਾਲੀਏ ਦੀ ਹੋਣੀ ਆ। ਸਾਹਮਣੇ ਇੱਕ ਪਾਸੇ ਰਾਜੂ ਹੈ ਸ਼ਾਹਪੁਰੀਆ ਤੇ ਦੂਜੇ ਪਾਸੇ ਖੀਰਾ ਵਾਲੀਆ। ਹੋ ਬੱਲੇ ਬੱਲੇ ਹੋ ਗਈ ਮਿੱਤਰੋ, ਹੋ ਨਹੀਂ ਰਿੱਸਾ ਹੰਦੇ ਥੋੜੀ ਦੂਰ ਨੇ, ਸਮਾਂ ਬੀਤਦਾ ਹੋਇਆ ਕਰੀ ਦੀਆਂ ਸੂਈਆਂ ਤੇ ਕੱਟੇ 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 ਕਰਕੇ ਅੱਗੇ ਵੱਲ ਵਧੀਆਂ ਹੋਈਆਂ ਤੇ ਨੰਬਰ ਰੇਟਰ ਦਾ ਸਵਰਨਿਆ ਤੁਹਾਡੇ ਸਾਹਮਣੇ ਜੱਫਾ ਠੋ ਗਿਆ। ਆਹ ਚੱਲਿਆ ਛੋਕਰ ਜੀ, ਉਹਨਾਂ ਵੱਲੋਂ ਜਲਾਲਪੁਰੀਏ ਪਾਲੇ ਨੂੰ ਵੱਡੇ ਮਾਣ ਵੱਡੇ ਸਤਿਕਾਰ ਦਿੱਤੇ ਗਏ ਨੇ। ਸਰ ਆ ਜਾ ਉੱਥੇ ਆਓ ਸਾਹਮਣੇ ਸੁੱਖਾ ਮੱਗਾ ਮੇਰੇ ਵੀ ਉਸ ਸਮੇਂ ਖੇਡ ਮੈਦਾਨ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ। 4 ਜਾਫੀ ਹੈ ਔਰ ਡੀਟੀਓ ਆ ਕਹਿੰਦੇ ਚੋਲਾ ਸਾਹਿਬ ਦੀ ਧਰਤੀ ਦਾ ਔਰ ਦੇਖਾਂਗੇ ਪਹਿਲਾ ਕੈਂਠਾ ਜਿੱਤੇ ਆ 5 ਜਫੇ ਲਾ ਕੇ। ਹੁਣ ਬੱਲੇ 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 ਦੇਖੋ ਬੱਲੇ ਬੱਲੇ ਕਰਵਾ ਗਿਆ। ਉਦੋਂ ਕਾਟੀਆਂ ਪਾ ਦੇ ਸਾਹਮਣੇ ਕਹਿੰਦੇ ਕੈਲਰ ਵਾਲਾ ਹਰਿਆਣੇ ਵਾਲਾ ਫਿਰ ਕਬੱਡੀ ਪਾ ਰਿਹਾ ਉਹ ਜਾਦਾ ਸਰਪੰਚ, ਪਰ ਫੈਸਲਾ ਕੀ ਹੋਣਾ ਸਮਾਂ ਦੱਸੂ। ਔਰ ਨੰਬਰ ਸਰਪੰਚ ਦੇ ਕਬਜ਼ੇ ਦੇ ਵਿੱਚ ਹੈ ਚੋਲਾ ਸਾਹਿਬ ਦੀ ਧਰਤੀ ਦਾ। ਸਾਹਮਣੇ ਸੁੱਖਾ ਮੱਗਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧ ਦੱਸ ਰਿਹਾ। 4 ਜਾਫੀ ਨੇ ਜੰਗ ਕਬੱਡੀ ਕਲੱਬ ਦੇ 4ਾਂ ਦੇ ਵਿੱਚੋਂ ਆਓ ਕਹਿੰਦੇ ਰਾਜੂ ਸ਼ਾਹਪੁਰੀਆ, ਇੱਕ ਪਾਸੇ ਸੁੱਖਾ ਮੱਗਾ ਤੇ ਦੂਜੇ ਪਾਸੇ ਰਾਜੂ। ਹੋ ਬੱਲੇ ਬੱਲੇ ਹੋ ਗਈ ਮਿੱਤਰੋ, 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 ਹੋ ਬੱਲੇ ਬੱਲੇ ਹੋ ਗਈ ਮਿੱਤਰੋ। ਆਓ ਸ਼ਾਹਪੁਰੀਆ ਰਾਜੂ ਜੱਫਾ ਤਕੜਾ ਠੋ ਗਿਆ ਕਬੱਡੀ ਕਲੱਬ ਮਲਡੂਰੇ ਵੱਲੋਂ।
8 ਕਬੱਡੀਆਂ ਸਫਲ ਪਾ ਕੇ ਸੋਨੇ ਦੀ ਮੁੱਦੀ ਹਰਮੇਸ਼ ਰੋਟੇ ਬਲਵੇੜੇ ਵਾਲੇ ਵੀਰਿਆ ਆਹ ਬੁਲਟ ਦੇ ਕਬਜ਼ੇ 'ਚ ਹੋ ਗਈ ਹੈ। ਆਹ ਜਲਾਲਪੁਰੀਆ ਇੱਕ ਪਾਸੇ ਪਾਲਾ, ਉਹ ਦੂਜੇ ਪਾਸੇ ਰਾਜੂ ਕੋਟਲਾਪੜੀ ਦੀ ਧਰਤੀ ਦਾ, ਇੱਕ ਪਾਸੇ ਪਾਲਾ ਤੇ ਰਾਜੂ ਤੇ ਪਾਲਾ ਤੇ ਰਾਜੂ ਤੇ ਪਾਲਾ ਤੇ ਰਾਜੂ। ਉਹ ਬੱਲੇ ਬੱਲੇ ਹੋ ਗਈ ਮਿੱਤਰੋ, ਉਹ ਹੱਦੇ ਤੂਰ ਨੇ ਸਮਾਂ ਬੀਤਦਾ ਹੋਇਆ ਨਿੰਮਾ ਭੱਜ ਭੱਜ ਜਾਂਦਾ, ਆਨੰਦ ਮਾਣਦਾ। ਜੰਗ ਕਬੱਡੀ ਕਲੱਬ ਵਾਲੇ ਧੰਨਵਾਦ ਕਰਦੇ ਆ, ਕੋਟੇ ਵਾਲਾ ਸੰਧੂਆ ਜਗਾ ਕੋਟੇ ਵਾਲਾ ਤੇ ਦੂਜੇ ਪਾਸੇ 884 ਦੀ ਧਰਤੀ ਦਾ ਕੌਡੀ ਦਾ ਡੀਟੀਓ, ਹੋਰ ਜੱਫਾ ਲਾ ਕੇ ਨੰਬਰ ਆਪਣੀ ਟੀਮ ਲਈ ਜਾਂਦਾ ਹੋਇਆ ਕੈਲਰਮ ਦੀ ਧਰਤੀ ਦੇ ਰਵੀ ਨੇ ਕੰਨੀ ਦਾ ਪਰੀ ਹੈ ਸੋਨੇ ਵਰਗੇ, ਹੋਰ ਕਿੰਨੀ ਮਿਹਨਤ ਵਾਲੀਆ। ਬੱਲੇ ਬੱਲੇ ਇੱਕ ਪਾਸੇ ਚਾਟਾ ਸਰਪੰਚ ਹੈ ਤੇ ਦੂਜੇ ਪਾਸੇ ਕੈਲਰਮ ਵਾਲਾ ਰਵੀ, ਹੰਦੇ ਤੂਰ ਨੇ ਸਮਾਂ ਬੀਤਦਾ ਹੋਇਆ। ਉਹ ਬੱਲੇ ਬੱਲੇ ਹੋ ਗਈ ਮਿੱਤਰੋ, ਉਹ ਮੁੰਡਾ ਤੂੰ ਹੀ ਆਉਂਦਾ ਹੈ, ਆਹ ਮੁੰਡਾ ਤੂੰ ਹੀ ਆਉਂਦਾ। ਸੰਧੂ ਗਰਾਊਂਡ ਖਰਾਬ ਹੋਣ ਦੇ ਬਾਵਜੂਦ ਵੀ ਮੇਰੇ ਵੀਰੋ ਜਿੱਥੇ ਮੁੰਦੀ ਜਿੱਤ ਗਿਆ ਲਗਾਤਾਰ ਫੇਰ ਹੁਣ ਜਿੱਤ ਹਾਰ ਦਾ ਮਸਲਾ ਬਣਿਆ ਹੋਇਆ, ਕਿਉਂਕਿ ਮੀਰੀ ਪੀਰ ਦੇ ਜੰਗ ਦੇ ਹੁਣ ਤੱਕ ਸਭ ਤੋਂ ਵੱਧ ਫਾਈਨਲ ਮੈਚ 2024 ਦੇ ਸੀਜ਼ਨ 'ਚ ਖੇਡੇ ਗਏ ਆ। ਆਹ ਲੱਭਣ ਬੰਦੀਆਂ ਵਾਲਾ ਔਰ ਦੂਜੇ ਬਣੇ ਬੁਲਟ, ਲੱਭਣ ਤੇ ਬੁਲਟ, ਲੱਭਣ ਤੇ ਬੁਲਟ, ਬੁਲਟ 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 ਇੱਟਾਂ ਨਾਲ ਤਿੰਨ ਚਾੜਿਆ ਪਿਆ, ਐਨ ਦੇਖਾਂਗੇ ਸਿਰੇ ਦੀ ਟੱਕਰ। ਉਹ ਫਾਈਨਲ ਆ ਕਹਿੰਦੇ ਦਿਆਲਪੁਰੀ ਆ, ਉਹ ਕਹਿੰਦੇ ਬਣੀ ਖੇਡ ਮੈਦਾਨ ਦੇ ਅੰਦਰ ਨਿਊਜ਼ੀਲੈਂਡ ਦੀਆਂ ਗਰਾਊਂਡਾਂ ਲੁੱਟਣ ਵਾਲਾ ਖਿਡਾਰੀ ਕਰਵਾਊ ਬਹਿਜਾ ਬਹਿਜਾ, ਕਰਵਾਊ ਬੱਲੇ ਬੱਲੇ, ਕਰਵਾਊ ਬਹਿਜਾ ਬਹਿਜਾ ਤੇ ਕਰਵਾਊ ਬੱਲੇ ਬੱਲੇ। ਆਓ ਬੱਲੇ ਬੱਲੇ ਪਾਰ ਹੋਣ, ਯੰਗ ਸਪੋਰਟਸ ਕਲੱਬ ਦੀ ਟੀਮ ਖੇਡਦੀ ਹੈ, ਬਲਜਿੰਦਰ ਪਾਸੀ, ਤੀਰਥ ਪਾਸੀ, ਨਾਲ ਮਨਵੀਰ ਖਹਿਰਾ, ਨਿਰਮਲ ਸੰਧੂ, ਭੋਲਾ ਸਮਰਾ, ਗੁਰਵੀਰ ਧਾਰੀਵਾਲ, ਰਾਜ ਸੰਧੂ। ਵੱਡਾ ਧੰਨਵਾਦ ਆ ਸਾਰੇ ਪ੍ਰਮੋਟਰਾਂ ਦਾ, ਉਹ ਦੇਖਾਂਗੇ ਪਾਈ ਹੋਈ ਕਬੱਡੀ ਤੇ। ਆਹ ਇੱਕ ਪਾਸੇ ਰਾਜੂ ਹੈ, ਆਹ ਦੂਜੇ ਪਾਸੇ ਬੁਲਟ ਹੈ। ਆਹ ਬੱਲੇ ਬੱਲੇ ਹੋ ਗਈ ਮਿੱਤਰੋ, ਚੈਰੀ ਗਿਰਵਾਲ ਦੇਖੋ ਵੀ ਰਿਹਾ, ਉਹ ਖੜਕਾ ਦੜਕਾ ਕਬੱਡੀ ਦਾ, ਹੰਦੇ ਤੂਰ ਨੇ ਸਮਾਂ ਬੀਤਦਾ ਹੋਇਆ। ਆਹ ਬੱਲੇ 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 ਬੱਲੇ, ਆਹ ਬੱਲੇ ਬੱਲੇ, ਆਹ ਬੱਲੇ 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 ਬੱਲੇ। ਰਾਜੂ ਅੱਜ ਬੁਲਟ ਦਾ ਚਲਾਣ ਕੱਟ ਗਿਆ, ਅੱਜ ਬੁਲਟ ਦੇ ਪਟਾਕੇ ਥੈ ਤੇ ਬੰਦ ਕਰ ਗਿਆ। ਚਾਰਾਂ ਦੇ ਵਿੱਚੋਂ ਦੇਖਾਂਗੇ ਕੌਣ ਬਜਾ ਬਜਾ ਕਰਵਾਵੇਗਾ, ਉਹ ਜਾਦਾ ਸਰਪੰਚ ਕਬੱਡੀ ਦਾ ਖੇਡ ਮੈਦਾਨ ਦੇ ਅੰਦਰ ਦੇਖਾਂਗੇ। ਆਹ ਸੀਜ਼ਨ ਦਾ ਬੈਸਟ ਜਾ ਰਿਹਾ, ਇਹ ਆ ਕਹਿੰਦੇ ਜਾਦਾ ਸਰਪੰਚ, ਲੈ ਵੀ ਜਾਦਾ ਵੱਡੇ ਐਲਾਨ ਹੋ ਜਾਣੇ ਆ, ਜੱਫਾ ਲਾਉਣਾ, ਜੱਫਾ ਬਣਦਾ, ਉਹ ਜਾਦਿਆ ਜੱਫਾ ਬਣਦਾ। ਸਾਹਮਣੇ ਬੁਲਟ ਨੇ ਤਾਵਾ ਬੋਲ ਦਿੱਤਾ, ਤੇ ਹੁਣ ਵੇਖਾਂਗੇ ਜੰਗ ਵਾਲੇ ਕਿਹੜੇ ਬੱਬਰ ਖੇਡ ਨਾਲ ਮੁਕਾਬਲਾ ਹੋ। ਇੱਕ ਪਾਸੇ ਮਲੀਆਂ ਵਾਲਾ ਲੰਬੜਾ, ਉਹ ਦੂਜੇ ਪਾਸੇ ਬੁਲਟ ਹੈ, ਉਹ ਬੱਲੇ ਬੱਲੇ ਹੋ ਗਈ ਮਿੱਤਰੋ। ਇੱਕ ਪਾਸੇ ਲੰਬੜਾ, ਉਹ ਦੂਜੇ ਪਾਸੇ ਤੁੱਕ 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 ਡੀਟੀਓ ਲਾਤਾ ਕੰਨੀ ਤੇ ਕੇ ਚਲਾਣ ਕੱਟਣਾ, ਜੰਗ ਵਾਲੇ ਨੇ ਡੀਟੀਓ ਲਾਤਾ ਓਏ ਕੰਨੀ ਤੇ ਕੇ ਚਲਾਣ ਕੱਟਣਾ। ਪਰ ਵਿਚਕਾਰ ਸਾਹਪੁਰੀਆ ਰਾਜੂ ਬਲਜਿੰਦਰ ਸਿੰਘ ਜੀ ਬਾਸੀ ਸਾਹਿਬ, ਆ ਦੇਖੋ ਉਹ ਵੇਖੋ ਭੋਲੇ ਸਵਰਿਆ, ਉਹ ਨਿੰਮੇ ਕਬੂਰਿਆਂ ਵਾਲਿਆ, ਉਹ ਗੁਰਵੀਰ ਧਾਲੀਵਾਲ ਬਾਈ, ਆਹ ਵੇਖੋ ਕੀ ਹੁੰਦਾ, ਆਹ ਵੇਖੋ ਕੀ ਹੁੰਦਾ, ਆਹ ਵੇਖੋ ਕੀ ਹੁੰਦਾ, ਆਹ ਵੇਖੋ ਕੀ ਹੁੰਦਾ, ਆਹ ਵੇਖੋ ਕੀ ਹੁੰਦਾ ਨੰਬਰ, ਆ ਕੀ ਹੁੰਦਾ, ਆ ਕੀ ਹੁੰਦਾ ਨੰਬਰ।
ਲਿਆਣਾ ਤਿੰਨ ਜੱਫਿਆਂ ਤੇ ਗੱਲਾਂ ਕਰਵਾਉਣੀਆਂ ਪੈਣੀਆਂ। 60,000 ਦੇ ਲਾਗੇ ਰਾਸ਼ੀ ਬਣਦੀ ਹੈ, 60,000 ਦੇ ਲਾਗੇ ਰਾਸ਼ੀ ਬਣਦੀ। ਇੱਕ ਪਾਸੇ ਬੁਲਟ ਹੈ, ਉਹ ਦੂਜੇ ਪਾਸੇ ਦਿਆਲਪੁਰੀਆ। ਉਹ ਬੱਲੇ ਬੱਲੇ ਹੋ ਗਈ ਮਿੱਤਰੋ, ਉਹ ਕਹਿੰਦੇ ਮਨੀ ਹੈ, ਉਹ ਦਿਆਲਪੁਰ ਦੀ ਧਰਤੀ ਦਾ। ਇੱਕ ਪਾਸੇ ਬੁਲਟ, ਹੱਟ ਪਿੱਛੇ ਹੱਟ ਪਿੱਛੇ। ਜਾਫੀ ਕਹਿੰਦੇ ਆ, ਕਹਿੰਦੇ ਨੰਗੀ ਹੈ ਬਿਜਲੀ ਦੀਆਂ ਤਾਰਾਂ ਦੇ ਚੋਰ ਨੰਗੇ ਛੱਡੇ ਆ। ਆਓ ਸ਼ਾਹਪੁਰੀਆ, ਆਓ ਸ਼ਾਹਪੁਰੀਆ, ਆਓ ਸ਼ਾਹਪੁਰੀਆ। ਰਾਜੂ ਤੇ ਬੁਲਟ, ਬੁਲਟ ਤੇ ਰਾਜੂ। ਕਿੱਥੇ ਦਬਦਾ, ਕਿੱਥੇ ਦਬਦਾ ਓਏ ਛੇੜ ਮੁੰਡੇ ਨੂੰ, ਡੀਟੀਓ ਅਰਸ਼ ਛੇੜ ਮੁੰਡੇ ਨੂੰ। ਪਰ ਦਿਆਲਪੁਰੀਆ ਇੱਕ ਪਾਸੇ ਮਨੀ, ਉਹ ਦੂਜੇ ਪਾਸੇ ਕੋਟੇ ਵਾਲਾ। ਇੱਕ ਪਾਸੇ ਮਨੀ, ਉਹ ਦੂਜੇ ਪਾਸੇ ਕੋਟੇ ਵਾਲਾ। ਉਹ ਇੱਕ ਪਾਸੇ ਕਹਿੰਦੇ ਬਿਆਸ ਦਾ ਏਰੀਆ, ਕਰਤਾਰਪੁਰ ਦਾ ਏਰੀਆ। ਇਹ ਆ ਦਿਆਲਪੁਰੀਆ, ਇਹ ਆ ਰੋਡ ਲੈਣ ਵਾਲੇ। ਅੱਜ ਗੁਰਵੀਰ ਧਾਲੀਵਾਲ ਨੇ ਆਉਣਾ ਸੀ ਭੋਲੇ ਸਾਹਮਣੇ ਨਾਲ, ਉਹ ਕੰਮ ਕਰਕੇ ਆ ਨਹੀਂ ਸਕਿਆ। ਪਰ ਵੱਡੀ ਐਲਈਡੀ ਨਹੀਂ ਮੱਥਾ, ਉਹ ਭੰਗੜੇ ਪਾਉਂਦਾ। ਉਹ ਬੱਲੇ ਬੱਲੇ ਹੋ ਗਈ ਮਿੱਤਰੋ, ਉਹ ਇੱਕ ਪਾਸੇ ਸੁੱਖਾ, ਉਹ ਦੂਜੇ ਪਾਸੇ ਰਾਜੂ। ਉਹ ਇੱਕ ਪਾਸੇ ਸੁੱਖਾ, ਉਹ ਦੂਜੇ ਪਾਸੇ ਰਾਜੂ। ਉਹ ਇੱਕ ਪਾਸੇ ਸੁੱਖਾ, ਉਹ ਦੂਜੇ ਪਾਸੇ ਰਾਜੂ। ਇੱਕ ਪਾਸੇ ਸੁੱਖਾ, ਉਹ ਦੂਜੇ ਪਾਸੇ ਰਾਜੂ। ਉਹ ਭੰਗੜੇ ਪੈ ਗਏ ਭੰਗੜਾ ਭਾਈ ਹਰਦਿੱਤ, ਉਹਨਾਂ ਵੱਲੋਂ ਸੰਧੂ ਭਰਾਵਾਂ ਨੂੰ ਸੋਨੇ ਦੀਆਂ ਮੁੰਦੀਆਂ ਪਾਈਆਂ ਗਈਆਂ। ਧੰਨਵਾਦ, ਵੱਡੇ ਸਤਿਕਾਰ, ਵੱਡੇ ਮਾਣ। ਇੱਕ ਪਾਸੇ ਲੰਬੜ, ਉਹ ਦੂਜੇ ਪਾਸੇ ਬੁਲਟ। ਇੱਕ ਪਾਸੇ ਲੰਬੜ, ਉਹ ਦੂਜੇ ਪਾਸੇ ਬੁਲਟ। ਇੱਕ ਪਾਸੇ ਲੰਬੜ, ਉਹ ਦੂਜੇ ਪਾਸੇ ਬੁਲਟ। ਇਹ ਸਾਹਮਣੇ ਕਬੱਡੀ ਪਾਉਣ ਦੇ ਲਈ ਇੱਕ ਪਾਸੇ, ਇੱਕ ਪਾਸੇ, ਇੱਕ ਪਾਸੇ ਆਮਣਾ। ਉਹ ਬੱਲੇ ਬੱਲੇ ਹੋ ਗਈ ਮਿੱਤਰੋ, ਫੜਿਆ ਹੋਇਆ ਲਾਕਾ। ਆਓ ਕਮਾਲ, ਆਓ ਭੰਗੜਾ ਨਿਮਿਆ। ਜ਼ਿਆਦਾ ਭੰਗੜਾ ਨਾ ਪਾ, ਟਰੈਕਟਰ ਜਾਦੇ ਦਾ ਪੱਕਾ ਹੀ ਹੋ ਗਿਆ, ਪੱਕਾ ਹੀ ਹੋ ਗਿਆ। ਕਿਉਂਕਿ ਗੁਰਪ੍ਰੀਤ ਦਿਲਦਾਰ ਹੈ, ਬੰਦਾ ਯਾਰ ਹੈ। ਕਿਉਂਕਿ ਮੇਰੇ ਵੀਰੋ, ਬਾਖੇੜ ਕਬੱਡੀ ਨੂੰ ਤਿਲੋਂ ਕਰਦਾ ਪਿਆਰਾ ਜਾਤਿਆ, ਜਿਹੜੇ ਮੇਲੇ ਤੇ ਕਹੇਗਾ ਤੈਨੂੰ ਟਰੈਕਟਰ ਐਲਾਨ ਕਰ ਦਿੱਤਾ ਹੈ ਮੇਰੀ ਵੀਰ ਵਾਲਿਆਂ ਨੇ। ਆਹ ਵੇਖਾਂਗੇ ਇੱਧਰ ਮਾਝੇ ਵਾਲੇ ਭਾਊ ਦੇ ਨਾਲ ਹਰਮੀਤ ਸਿੰਘ ਜੀ ਰੋਡਾ, ਉਹਨਾਂ ਦੇ ਵੱਲੋਂ ਬੁਲਟ ਨੂੰ ਦੋ ਦਫੇ ਲੱਗਣਗੇ, 11 ਸੇੜਾ ਅੰਦਰ ਹੋਵੇਗਾ। ਉਹ ਚਲਾਣ, ਉਹ ਨਾਕਾ, ਆਓ ਚਲਾਣ, ਆਓ ਨਾਕਾ, ਆਓ ਚਲਾਣ, ਆਓ ਨੰਬਰ ਨੰਬਰ ਦਾ। ਉਹ ਪਾਈ ਹੋਈ ਕਬੱਡੀ ਤੇ, ਉਹ ਕਹਿੰਦੇ ਟਿੱਪੇ ਵਾਲਾ ਅਮਰ ਕਰਦਾ ਟਰਾਈ ਜੱਫਾ ਲਾਉਣ ਦੀ ਜਾਂਦਾ ਹੈ। ਇਹ ਵੀ ਪੁੱਠੇ ਕਰੀ ਜਾਂਦਾ, ਚੰਗੀ ਪੁੱਠੇ। ਪਰ ਆ ਕਿੱਥੇ ਮਾਝੇ ਵਾਲਾ ਦੱਬਦਾ, ਪਰ ਨੰਬਰ ਰੇਡਰ ਦਾ ਡਾਲਰ ਦੀਆਂ ਮਨਜੋਤ ਮਾਸੀ ਵਾਲੇ ਵਾਲਾ ਕਹਿੰਦਾ ਰਾਜੂ ਆ ਤੇਰੀਆਂ ਤਿੰਨ ਦੂਜੀ ਪੈ ਰਹੀ ਹੈ। ਆਹ ਇੱਕ ਪਾਸੇ ਬੱਲੇ ਬੱਲੇ ਹੋ ਗਈ ਮਿੱਤਰੋ, ਆਹ ਸੀਹਾਂ ਦਾਦ ਵਾਲਾ ਸੋਨੀ ਭਿੰਦਰ ਦਾ ਪੁੱਤ ਹੈ। ਪਰ ਦੂਜੇ ਪਾਸੇ ਕੋਟਲਾ ਪੜੀ ਵਾਲਾ $500 ਦੀ ਸਫਲ ਪਾ ਗਿਆ ਦੂਜੀ, ਇੱਕ ਰਹਿ ਗਈ ਮਨਜੋਤ ਮਾਸੀ ਵਾਲੇ। ਰਵੀ ਕੈਲਰਮ ਨੇ ਅੱਜ 24 ਗੱਡੀਆਂ ਪਾਈਆਂ, 21 ਨੰਬਰ ਪ੍ਰਾਪਤ ਕੀਤੇ। ਬੈਸਟ ਰੇਡਰ ਤਾੜੀ ਮਾਰ ਦੋ ਕੈਲਰਮ ਵਾਲਾ ਰਵੀ। ਬੈਸਟ ਜਾਫੀ ਚਾਰ ਜੱਫੇ ਲਾਏ, ਟੱਚ ਲੈਤੇ। ਅੱਜ ਦਾ ਬੈਸਟ ਜਾਫੀ ਆ ਪਹਿਲੇ ਹੀ ਚੱਕੀ ਆਉਂਦੇ ਆ।
ਟੋਏ ਆ ਜਾ ਸ਼ਾਹਪ੍ਰਿਆ ਰਾਜੂ ਜਿਹੜਾ ਵੈਟ ਯਾਫੀ ਹੈ ਹੋ ਚੁੱਕੇ ਹੈ ਪੰਜ ਟੂਰਨਾਮੈਂਟਾਂ ਦੇ ਵਿੱਚ 217 ਕਬੱਡੀਆਂ 187 ਪੁਆਇੰਟ ਰਵੀ ਕੈਲਰ ਵਾਲਾ ਸਾਰੇ ਸੀਜ਼ਨ ਦਾ ਬੈਸਟ ਰੇਡਰ ਰਿਹਾ ਦੁਬਾਰਾ ਫਿਰ ਦੱਸੋ ਜੀ ਗੁਰਪ੍ਰੀਤ ਸ਼ੋਕਰ ਜੀ ਐਲਾਨ ਕੀਤਾ ਕਹਿੰਦੇ ਜ਼ਿਆਦਾ ਜੇ ਬੈਸਟ ਨਿਕਲਿਆ ਨਾ ਤਾਂ ਜਿਹੜੇ ਪੰਜਾਬ ਦੇ ਕੱਪ ਦੇ ਕਹੂਗਾ ਟਰੈਕਟਰ ਦੇਵਾਂਗੇ ਤੇ ਮੈਨੂੰ ਲੱਗਦਾ ਤੁਹਾਡੇ ਬੋਲ ਪੂਰੇ ਹੋਣ ਲੱਗੇ ਆ ਗੁਰਪ੍ਰੀਤ ਸ਼ੋਕਰ ਜੀ ਆਹ ਜਿਹੜੀ ਗਿਣਤੀ ਦੱਸ ਰਹੀ ਹੈ ਇਹ ਵੋਟਾਂ ਦੀ ਗਿਣਤੀ ਨਹੀਂ ਇਹ ਜੱਫਿਆਂ ਦੀ ਗਿਣਤੀ ਹੈ ਇਹ ਸਰਕਾਰਾਂ ਦੀ ਗਿਣਤੀ ਨਹੀਂ ਇਹ ਕੌਡੀ ਦੀ ਗਿਣਤੀ ਹੈ ਇਹ ਪਲੇਅਰਾਂ ਦੀ ਗਿਣਤੀ ਹੈ ਇਹ ਮਾਂ ਖੇਡ ਕਬੱਡੀ ਦੇ ਸਟਾਰਾਂ ਦੇ ਜੱਫਿਆਂ ਦੇ ਰੇਡਾਂ ਦੀ ਗਿਣਤੀ ਹੈ ਸਾਡੇ ਸੁਰਖਪੁਰੀਏ ਨੇ ਪੰਜ ਟੂਰਨਾਮੈਂਟ ਖੇਡੇ ਸੁਣੋ 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 92 ਟੱਚ 36 ਜੱਫੇ 36 ਬੈਟ ਜਾਫੀ ਜਿਹੜਾ ਜ਼ਿਆਦਾ ਸਰਪੰਚ ਸੁਰਖਪੁਰੀਆ